ਪੰਮੀ ਮੇਰੇ ਥੱਪੜ ਮਾਰਨ ਆਇਆ ਨਾਲੇ ਤਾਂ ਸਾਰਾ ਦਿਨ ਘਰ ਦਾ ਕੰਮ ਕਰਾਉਂਦੇ ਨੇ ਮੇਰੇ ਤੋਂ ਉੱਪਰ ਦੀ ਗੱਲ ਕਹਾਉਂਦੇ ਵੀ ਨਹੀਂ ਹੈਗੇ ਕੋਈ ਮੈਨੂੰ ਕਹਿੰਦਾ ਚਾਹ ਬਣਾ ਕੇ ਦੇ ਮੈਂ ਕਿਹਾ ਆਪਣੀ ਤੀਵੀਂ ਨੂੰ ਕਹਿ ਦੇ ਇੰਨੇ 'ਚ ਮੇਰੇ ਮਾਰਨ ਆਇਆ ਨਾਲੇ ਮੈਂ ਸੁਣਿਆ ਵੀ ਪੰਮੀ ਆਪਦੀ ਬਹੂ ਨੂੰ ਕੁੱਟਦਾ ਕਾਹਨੂੰ ਕੁੱਟਦਾ ਬਹੂ ਨੂੰ ਡਰਾਮੇ ਕਰਦਾ ਬਹੂ ਮੈਂ ਮਰ ਜਾ ਉਹ ਤਾਂ ਕਹਿੰਦੀ ਸਾਰਾ ਕੰਮ ਧੰਦਾ ਮੈਂ ਕਰਦੀ ਆ ਕਰਦਾ ਲੈ ਡੱਕਾ ਨਹੀਂ ਤੋੜਦੀ ਆ ਪਈ ਆ ਸਜੀ ਸਵੇਰ ਦੀ ਮਿੰਜੇ ਤੇ ਸਿਰ ਬੰਨੀ ਆ ਕੇ ਸਿਰ ਦੁਖਦਾ ਜਿਹਦਾ ਸਿਰ ਦੁਖਦਾ ਹੋਵੇ ਪੁੱਤ ਦੱਸ ਉਹ ਇੱਕਣ ਸੱਜ ਭੱਜ ਕੇ ਬਹਿੰਦਾ ਹੁੰਦਾ ਦਵਾਈ ਬੂਟੀ ਲਵੇ ਕੰਮ ਕਰੇ ਅਗਲਾ ਹੋਰ ਮਾਸੀ ਕਬੀਲ ਦਰ ਤਾਂ ਹੁਣ ਜਦੋਂ ਗਲ ਪਈ ਆ ਬੰਦੇ ਨੂੰ ਕਰਨਾ ਹੀ ਪੈਂਦਾ ਸਾਰਾ ਕੰਮ ਧੰਦਾ ਮੈਨੂੰ ਤਾਂ ਹੁਣ ਐਂ ਡਰ ਲੱਗੀ ਜਾਂਦਾ ਆ ਸਾਡੇ ਵਾਲਾ ਕਹਿੰਦਾ ਕਿ ਅਸੀਂ ਜ਼ਮੀਨ ਸਾਂਝੀ ਲਵਾਂਗੇ ਹੈ ਵੀ ਠੇਕੇ ਤੇ ਜੇ ਹੁਣ ਕਹਿੰਦੇ ਹੁੰਦੇ ਆ ਜਿਹੋ ਜਿਹਾ ਦੇਖੂਗਾ ਉਹ ਜਿਹਾ ਵਰਤੂਗਾ ਮੈਨੂੰ ਆਏ ਆ ਵੀ ਕੱਲੂ ਕਿਤੇ ਇਹ ਨਾ ਬਾਪੂ ਨਾ ਐਂ ਕਰਨ ਲੱਗ ਜੇ ਭਾਈ ਅੱਜ ਦਾ ਟਾਈਮ ਤਾਂ ਮਾਸੀ ਗੱਲ ਇਹ ਆ ਇਹ ਬਾਪੂ ਨਾਲ ਤਾਂ ਉੱਚੀ ਆਵਾਜ਼ 'ਚ ਵੀ ਗੱਲ ਨਹੀਂ ਕਰਨ ਦਿੰਦਾ ਮੈਨੂੰ ਇੰਨਾ ਕਰਦਾ ਮੈਨੂੰ ਤਾਂ ਪੁੱਤ ਆਪੇ ਇਹ ਡੰਡੇ ਚੱਕ ਚੱਕ ਆਉਂਦਾ ਬਹੂ ਨੂੰ ਤਾਂ ਕੀ ਰੋਕੂਗਾ ਹਾਏ ਮੈਂ ਮਰ ਜਾ ਚੱਲ ਕੋਈ ਨਾ ਮਾਸੀ ਮੇਰੀ ਗੱਲ ਸੁਣ ਦੇ ਮੈਂ ਤੇਰੀਆਂ ਧੀਆਂ ਆਰ ਗਈਆਂ ਹੈ ਹੁਣ ਤਾਂ ਤੂੰ ਕੇਰਾ ਜਾ ਕਿੱਥੇ ਚੱਲੀ ਸੀ ਮੈਂ ਤਾਂ ਪੇਕੇ ਜਾਊਂ ਤਾਂ ਹੋਰ ਕਿੱਥੇ ਜਾਣਾ ਚੱਲ ਕੋਈ ਨਾ ਕੇਰਾ ਤੂੰ ਜਾ ਹਨਾ ਮੈਂ ਗੱਲ ਕਰੂੰਗੀ ਮੈਂ ਸਮਝਾਉਂਗੀ ਹੈ ਫਿਰ ਠੰਡਾ ਛਿੜਕਿਆ ਜਾਂਦਾ ਇੰਨੇ ਕੁ ਨਾਲ ਨਾਲੇ ਨਾਲੇ ਮਾਸੀ ਜਦੋਂ ਹੁਣ ਦੋ ਦਿਨ ਕੰਮ ਕਰਨਾ ਪਿਆ ਨਾ ਧਰਨ ਟਿਕਾਣੇ ਆ ਜਾਊਗੀ ਉਹੀ ਤਾਂ ਹੈ ਤਾਂ ਹੀ ਤਾਂ ਚੱਲੀ ਆ 4 ਦਿਨ ਪਾਸੇ ਚੱਲ ਕੋਈ ਨਾ ਮਾਸੀ ਤੂੰ ਜਾ ਹਨਾ ਠੀਕ ਆ ਬਤੋ ਫਿਰ ਕਬੇਲਾ ਹੋ ਜੂ ਤੈਨੂੰ ਠੀਕ ਧਿਆਨ ਨਾ ਜਾਈ ਠੀਕ ਆ ਦੇਖ ਲੈ ਅੱਜ ਕੱਲ੍ਹ ਦੀਆਂ ਲਾਦਾਂ ਦਾ ਕੀ ਹਾਲ ਹੈ ਆ ਸਾਡੇ ਵਾਲਾ ਸਾਹ ਨਹੀਂ ਕੱਢਣ ਦਿੰਦਾ ਮੈਨੂੰ ਬਾਪੂ ਉਂਗਰੇ ਊਂ ਤਾਂ ਇਹਦੀ ਬਹੂ ਜੀ ਇਹਨਾਂ ਦੀ ਭੈੜੀ ਹੈ ਮੀ ਸੁਣੀ ਜੀ ਮੈਨੂੰ ਵੀ ਕਿਵੇਂ ਚੱਕ ਚੱਕ ਕੇ ਪੈਂਦੀ ਸੀ ਚਾਰੇ ਕੋਈ ਨਹੀਂ ਹੁਣ ਆਈ ਹੈ ਬਸ ਜਾੜ ਥੱਲੇ ਕਹੂੰਗੀ ਨਾ ਸੱਸ ਤਾਂ ਤੇਰੇ ਤੋਂ ਰੱਖੀ ਨਾ ਗਈ ਆ ਬੈਠਾ ਝਾਕਦਾ ਸਾਰਾ ਦਿਨ ਆਹੀ ਬਿੜਕਾਂ ਲੈਂਦਾ ਵੀ ਕਿਉਂ ਕਿੱਥੇ ਜਾਂਦਾ ਲੋਕੀ ਆਖਦੇ ਸਰਾਬੀ ਤੇਰੀਆਂ ਦੁਆਵਾਂ ਦੇ ਸਤਾਏ ਹੋਏ ਪੀਨਿਆ ਜਿੱਥੇ ਮਰਜ਼ੀ ਕਰ ਲਾ ਬੰਜ ਬਰਾਬਰ ਕੱਢਾਂਗੇ ਗੱਲ ਕਹਿਣੀ ਨਹੀਂ ਸੀ
ਹਟੇਗੀ ਕਹਾ ਕੇ ਬਣੀ ਬਣ ਗਈ ਸਿਆਣੀ ਘਰ ਮਿੱਤਰਾਂ ਦਾ ਖਾ ਕੇ ਦਾਰੂ ਪੀਤੀ ਹੈ ਕਿਹਨੇ ਫਿਰ ਕੇ ਸ਼ਰਾਬ ਤੈਂ ਨਾ ਕੌਣ ਕਹਿੰਦਾ ਮੈਂ ਕਹਿੰਦੀ ਹਾਂ ਤੂੰ ਤਾਂ ਜਿੱਦੇ ਦਾ ਮੈਂ ਜੰਮੇ ਉਦੇ ਦੀ ਕਹਿੰਦੀ ਹਾਂ ਤੈਂ ਕਦੇ ਕਹੀ ਨਹੀਂ ਵੀ ਤੂੰ ਠੀਕ ਠਾਕ ਹੈ ਇਹ ਜਿਹੜੀ ਆਪਾਂ ਸਾਂਝੀ ਜ਼ਮੀਨ ਨਹੀਂ ਲੈਤੀ ਪੰਮੀ ਨਾਲ ਉੱਥੇ ਮੋਨ ਦਾ ਬੱਚਾ ਫਿਰਦਾ ਤੇ ਉਹ ਫੜ ਕੇ ਲਿਆ ਐਂ ਨਹੀਂ ਵੜਦਾ ਬੁੜਕਾ ਇਹ ਪਾਲਿਆ ਹੋਇਆ ਸੀ ਪਾਲਿਆ ਹੋਇਆ ਸੀ ਰੋਜ਼ ਇਹਨੂੰ ਮੈਂ ਧਾਗਾ ਮਿਸਰੀ ਖਵਾਉਂਦਾ ਸੀ ਐਂ ਨਹੀਂ ਵੜਦਾ ਕੀ ਹੋ ਰਿਹਾ ਤੈਨੂੰ ਕਹਿੰਦਾ ਅੱਗੇ ਮੋਨ ਦਾ ਬੱਚਾ ਲੈ ਕੇ ਆਇਆ ਫੜ ਕੇ ਨਾ ਆ ਜਿਹੜੇ ਲੱਛਣ ਕਰਨ ਲੱਗਿਆ ਮੈਨੂੰ ਪਤਾ ਨਹੀਂ ਲੱਗਦਾ ਨਾਲੇ ਤਾਂ ਪੀ ਰੱਖੀ ਆ ਆ ਵਿੱਚ ਚਿਪ ਚਿਪ ਕਰੀ ਜਾਂਦਾ ਗੁੜ ਆਹ ਗੁੜ ਇਹ ਕੀ ਬਈ ਇਹ ਪੰਮੀ ਸ਼ਰਾਬੀ ਹੋ ਗਿਆ ਫਿਰ ਮੋਹਨ ਦਾ ਬੱਚਾ ਆਪ ਲੈ ਗਿਆ ਮੈਨੂੰ ਗੁੜ ਦੇ ਦਿਆ ਬਸ ਪੰਮੀ ਆਹੀ ਗੱਲ ਮੁਲਾਜ਼ੇਦਾਰੀ ਛੱਡ ਦੇ ਤੈਨੂੰ ਪੱਟ ਦੂ ਤਾਂ ਆਪ ਤਾਂ ਪੱਟਿਆ ਪਟਾਇਆ ਮੈਨੂੰ ਪਤਾ ਹੈ ਜਿਹੜੀ ਪੰਮੀ ਦੇ ਘਰ ਵਾਲੀ ਹੈ ਨਾ ਪੰਮੀ ਦੇ ਘਰ ਵਾਲੀ ਉਹ ਪੰਮੀ ਨਾਲ ਲੜਾਈ ਰੱਖਦੀ ਆ ਉਹ ਵਿਚਾਰਾ ਕੀ ਕਰੇ ਤੇਰੇ ਵਰਗਾ ਸੁਭਾਅ ਨਹੀਂ ਬਣ ਜਾਣਾ ਤੇਰੇ ਵਰਗਾ ਸੁਭਾਅ ਨਹੀਂ ਹੋਣਾ ਸਾਰੀ ਦੁਨੀਆਂ 'ਚ ਉਹਦੇ ਕਰਕੇ ਉਹਨੇ ਮੋਹਨ ਦਾ ਬੱਚਾ ਆਪ ਲੈ ਗਿਆ ਜਿਹੜਾ ਗੁੜ ਸੀ ਗੁੜ ਮੇਰੇ ਸਿਰ 'ਤੇ ਧਰਤਾ ਐਂ ਸਮਝ ਲੈ ਵੀ ਉਹ ਵਿਚਾਰੇ ਨੇ ਡਰਦੇ ਨੇ ਧਰਤਾ ਉਹ ਯਾਰ ਮਾਰ ਤਾਂ ਨਹੀਂ ਕਰ ਸਕਦਾ ਦੇਖ ਧੋਖਾ ਨਹੀਂ ਕਰ ਸਕਦਾ ਮੇਰੀ ਗੱਲ ਸੁਣ ਜੀ ਤੂੰ ਹਜੇ ਵੀ ਮੈਂ ਕਹਿੰਦੀ ਸੰਭਲ ਜਾ ਤੈਨੂੰ ਕਦੋਂ ਅਕਲ ਆਊਗੀ ਉਹ ਤੈਨੂੰ ਉਹਤੇ ਲਾਈ ਫਿਰਦਾ ਚਾਟ 'ਤੇ ਤੈਨੂੰ ਦੋ ਪੈੱਗ ਪਿਆ ਦਿੰਦਾ ਮੈਂ ਤੈਨੂੰ ਦੱਸਤਾ ਜਿਹੜਾ 1.5 ਕਿੱਲਾ ਹੈ ਨਾ ਉਹ ਵੀ ਆਪਣਾ ਵਿਕੂਗਾ ਬਸ ਤੂੰ ਬੇਕਾਰ ਗੱਲਾਂ ਨਾ ਕਰਿਆ ਕਰ ਬਸ ਜੇ ਬਾਪੂ ਨੂੰ ਪਤਾ ਲੱਗ ਗਿਆ ਨਾ ਸੌਂ ਲੱਗ ਸੌ ਜਾ ਬਾਪੂ ਨੂੰ ਜਾਗਾ ਜੂ ਆਹੋ ਆਪੇ ਆ ਜੂ ਬਾਪੂ ਨੂੰ ਪਤਾ ਨਹੀਂ ਲੱਗਿਆ ਹੋਣਾ ਪਾਇਆ ਨਾ ਬਾਪੂ ਨੇ ਤੈਨੂੰ ਦੇਖਿਆ ਨਹੀਂ ਉਹਦੇ ਨੂੰ ਜਾ ਬੰਦੇ ਦਾ ਪਤਾ ਨਹੀਂ ਕੀ ਉਹਨਾਂ ਨੇ ਬੂਟੀ ਘੋਲ ਕੇ ਪਿਆਤੀ ਇਹਨੂੰ ਹੈ ਕਮਾਲ ਹੋ ਗਈ ਇਹਦੀ ਭੋਲਿਆ ਉਹ ਸ਼ਰਮ ਮੰਨ ਲੈ ਉਹ ਹੁਣ ਤਾਂ ਸ਼ਰਮ ਮੰਨ ਲੈ ਅੱਧੀ ਰਾਤ ਹੋਈ ਪਈ ਹੈ ਸਤਿ ਸ਼੍ਰੀ ਅਕਾਲ ਦਾ ਉਹ ਟਿਕਦਾ ਜਾਇਆ ਕਰੋ ਰਾਤ ਨੂੰ ਤਾਂ ਟਿਕ ਜਾਇਆ ਕਰੋ ਨਾ ਆਪ ਟਿਕ ਦਿਓ ਨਾ ਮੈਨੂੰ ਟਿਕਣ ਦਿਓ ਮੇਰੀ ਰੋਟੀ ਦਾ ਤੈਨੂੰ ਕੀ ਫਿਕਰ ਹੈ ਥੈਂਕ ਯੂ ਬਾਪੂ ਹਾਂ ਮੈਂ ਤਾਂ ਹੀ ਨਹੀਂ ਸੀ ਤੈਨੂੰ ਪੰਮੀ ਨਾਲ ਰਾਣ ਦਿੰਦਾ ਉਹ ਤਾਂ ਹੀ ਨਹੀਂ ਸੀ ਮੈਂ ਤੈਨੂੰ ਪੰਮੀ ਨਾਲ ਰਾਣ ਦਿੰਦਾ ਨਾ ਤੈਨੂੰ ਜ਼ਮੀਨ ਲੈਣ ਦਿੰਦਾ ਸੀ ਇਸੇ ਕਰਕੇ ਕਿ ਉਹਦੇ ਵਾਲੇ ਕੰਮ ਸਾਰੇ ਤੈਂ ਸਾਂਭਲੇ ਉਹ ਪਿੰਡ 'ਚ ਮੈਨੂੰ ਲੰਘਣ ਨਹੀਂ ਦਿੰਦੇ ਓਏ ਉਹ ਤੂੰ ਮੇਰੀ ਬਦਨਾਮੀ ਕਰਾ ਕੇ ਰੱਖਤੀ ਪੁੱਤਰਾ ਬਾਪੂ
ਤੇਰਾ ਭੋਲਾ ਜਿਹਾ ਆਉਂਦਾ ਮਰਿਆ ਨਹੀਂ ਹੈਗਾ, ਟੈਕਸ ਨਹੀਂ ਲੈਣੀ ਤੈਂ। ਹਾਂ ਟੈਕਸ ਨਹੀਂ ਲੈਣੀ, ਟੈਕਸ ਨਹੀਂ ਲੈਣੀ, ਇੰਨੀ ਕਹਿ ਦਿਆ ਕਰ ਵੀ ਟੈਕਸ ਨਾ ਲੈ। ਸਾਰਾ ਹਾਈਬ੍ਰਿਡ ਵੀ ਚਲਾਵਾਂਗੇ ਬਸ। ਆ ਲੋਕ ਸੁੱਤੇ ਪਏ ਨੇ ਤੇ ਮੈਂ ਤੈਨੂੰ ਵੇਖੀ ਜਾਣਾ ਵੀ ਤੂੰ ਕਰੀ ਕੀ ਜਾਣਾ, ਕਿਹੜਾ ਬਿੜਾ ਹੋ ਗਿਆ ਮੈਨੂੰ। ਹਾਈਬ੍ਰਿਡ ਬੀਜ ਲਾਵਾਂਗੇ, ਪਹਿਲਾਂ ਤੇਰੇ ਨੱਕ ਦਾ ਕੋਕਾ ਕਰਾਵਾਂਗੇ, ਫਿਰ ਝੁਮ ਕੇ ਫਿਰ ਸੱਗੀ ਫੁੱਲ। ਮੇਰੀ ਗੱਲ ਸੁਣ ਜੀ, ਜਿਵੇਂ ਪੰਮੀ ਨੇ ਨਾ ਆਪਦੀ ਵਾਲੀ ਨੂੰ ਕਰਾ ਕੇ ਦੇਤੀਆਂ ਟੂਮਾਂ, ਸਾਰੀਆਂ ਟੂਮਾਂ ਵੇਚਤੀਆਂ ਉਹਦੀਆਂ, ਉਹੋ ਕੰਮ ਕਰੇਗਾ ਤੂੰ ਵੀ? ਮੈਂ ਤੈਨੂੰ ਦੱਸਾਂ ਉਹਦੇ ਮਤਲਬ। ਓਏ ਗੱਲ ਸੁਣੋ, ਇਹ ਤਾਂ ਕਰਾਈ ਖੜਾ ਟੂਮਾ। ਓਏ ਆ ਮੈਂ 5-5 ਰੁਪਈਏ, 2-2 ਰੁਪਈਏ ਜੋੜ ਕੇ ਨਾ 2.5 ਕਿੱਲਾ ਜ਼ਮੀਨ ਦਾ ਬਣਾ ਲਿਆ ਸੀ। ਹੁਣ ਮੈਨੂੰ ਲੱਗਦਾ ਤੂੰ ਹੁਣ ਸਲੱਗਾ ਇਹ ਵੀ ਵਿਕਾ ਦੇਗਾ ਮੇਰਾ। ਬਾਪੂ ਜੀ ਉਹਦੇ ਨਾਲ ਰਲਿਆ ਰਿਹਾ ਤਾਂ ਵਿਕੂਗਾ। ਹਾਂ ਹਰ ਜਾ ਹਜੇ ਵੀ ਨਹੀਂ ਨਾ ਇੱਥੇ, ਸੱਚੀ ਮੈਂ ਜੀ ਕਰਦਾ ਵੀ ਤੇਰੇ ਖੁੰਡਾ ਮਾਰਾਂ, ਪਰ ਮੈਨੂੰ ਸ਼ਰਮ ਮਾਰਦੀ ਆ ਓਏ ਬਹੂ ਦੀ ਵੀ ਕੀ ਕਹੂਗੀ। ਮਾਰ ਲੈ ਬਾਪੂ ਖੁੰਡਾ ਮਾਰ ਲੈ, ਸ਼ਰਮ ਤੈਨੂੰ ਐਂ ਆਉਣੀ ਚਾਹੀਦੀ ਹੈ ਵੀ ਜਦੋਂ ਮੈਂ ਕਹੀ ਦਿੱਤਾ ਮਾਰੇ ਤੋਂ ਵੱਧ ਹੋ ਗਿਆ। ਬਾਪੂ ਤੇਰਾ ਭੋਲਾ ਸਰਾਬ ਦੂਜੀ ਨੀ ਪੀਂਦਾ, ਕੁੱਤੇ ਮਾਰ ਨੀ ਪੀਂਦਾ, ਪਿਓਰ ਪੀਂਦਾ ਜੇ ਪੀਂਦਾ ਪਿਓਰ। ਹੋਰ ਇਨਾਮ ਲਏਗਾ ਨਾ ਪਿਓਰ ਪੀ ਪੀ ਕੇ। ਕਿਨੂੰ ਸੰਤਰੇ ਵਾਲੀ ਬਸ। ਚੱਲ ਕੋਈ ਨੀ ਭਾਈ ਤੂੰ ਇਹਦੇ ਨਾਲ ਮੱਥਾ ਨਾ ਮਾਰ, ਇਹਨੂੰ ਪਾਣੀ ਪੂਣੀ ਪਿਆ ਦੇ ਤੇ ਪੈ ਜੂ ਪਰੇ। ਲਿਆ ਕੇ ਦਿੰਨੀ ਆ ਆ ਜਾ ਓਏ, ਰੋਟੀ ਲਿਆਓ, ਰੋਟੀ ਰੋਟੀ ਲਿਆਓ। ਆਇਆ ਇਹ ਹੁਣ ਨਰਮਾ ਗੁੱਡ ਕੇ, ਮਟਰ ਪਨੀਰ ਕੋਕਲ ਮਿਰਚ ਲਿਆਈ ਕੋਕਲ ਮਿਰਚ। ਆ ਗੱਲ ਸੁਣ ਭਾਈ, ਆ ਗੁੜ ਤੂੰ ਨਾ ਆਪ ਇੱਧਰ ਸਾਂਭਦੇ ਰਸੋਈ 'ਚ, ਜੇ ਇਹਨੂੰ ਸਾਨੂੰ ਹੱਥ ਨਾ ਲਾਉਣ ਦੀ। ਨੀ ਮਾਂ ਆਏ ਕਿੱਥੇ ਜਾਂਦੇ ਸੀ, ਮੈਂ ਤਾਂ ਨਾ ਮੇਰੇ ਪਿਓ ਦੀ ਰਣ ਦੇ ਗੋਡਾ ਦੇ ਕੇ ਇੱਕ 'ਚ ਫੇਰ ਕੱਢੀ ਹੈ। ਆ ਨੀ ਕਿਹੜਾ ਰੱਖਦਾ ਉਹਨੂੰ, ਕਿਸੇ ਨੇ 4 ਦਿਨ ਨਹੀਂ ਰੱਖਣਾ। ਆ ਉਹਦੇ ਤਾਂ ਆਪਦੇ ਘਰ ਨਹੀਂ ਰੋਟੀ ਪੱਕਦੀ ਹੈਗੀ। ਆ ਕਿੱਥੋਂ ਖਵਾ ਦੂ ਇਹਨੂੰ ਪੂੜੇ ਦਾ ਭਾਈ। ਨੀ ਮਾਂ ਹੁਣ ਤਾਂ ਇੱਕ ਗੱਲ ਹੈਗੀ ਆ, ਜਿਹੜਾ ਉਹ ਮੈਨੂੰ ਬਾਬੇ ਤੋਂ ਤਵੀਤ ਨਹੀਂ ਲਿਆ ਕੇ ਦਿੱਤਾ ਸੀ, ਉਹ ਤਾਂ ਸੱਚੀ ਬਲਾਈ ਕੰਮ ਕਰ ਗਿਆ। ਹੁਣ ਤਾਂ ਨਾ ਪੰਮੀ ਮੇਰਾ ਪੂਰਾ ਪੱਖ ਪੂਰਦਾ। ਹਾਂ ਉਹਦੇ ਵੀ ਉਸੇ ਨੇ ਮੇਰਾ ਸਾਥ ਦਿੱਤਾ ਕੱਢਣ 'ਚ, ਨਹੀਂ ਕਿੱਥੇ ਨਿਕਲਦੀ ਸੀ ਉਹ। ਚੱਲ ਠੀਕ ਹੈ ਮਾਂ ਆ ਗਿਆ ਉਹ। ਜਾ ਰੋਟੀ ਲੈ ਕੇ ਆ। ਬੇ ਆ ਮੂੰਹ ਤਾਂ ਕਿੱਥੋਂ ਪੀ ਕੇ ਆਏ ਆ? ਕੌਣ ਕਹਿੰਦਾ ਮੈਂ ਪੀਤੀਆਂ? ਨਾਲੇ ਤੂੰ ਚੰਦ ਤਾਰਿਆਂ ਦੇ ਸਾਹਮਣੇ ਥੱਲੇ ਬਹਿ ਕੇ ਤੇ ਝੂਠ ਬੋਲਦੀ ਹੈ। ਮੈਂ ਕਹਾਂ ਤੂੰ ਪੀਤੀ ਹੈ ਕੰਜਰਾ, ਆਪਦੇ ਪੈਰਾਂ ਤੇ ਤਾਂ ਖੜਿਆ ਨਹੀਂ ਜਾਂਦਾ, ਹਜੇ ਕਹਿੰਦਾ ਮੈਂ ਝੂਠ ਬੋਲਦੀ ਆ। ਹੋਰ ਝੂਠ ਤਾਂ ਬੋਲ ਰਹੀ ਆ, ਮੈਂ ਮੂੰਹ ਨਹੀਂ ਪੀਤੀ ਹੈਗੀ ਦਾਰੂ ਜਾਂ ਰੋਟੀ ਲੈ ਗਿਆ। ਉਹ ਕੰਜਰਾ ਉਹਦੇ ਨਾਲ ਤਾਂ ਨਹੀਂ ਪੀ ਆਇਆ ਭੋਲੇ ਨਾਲ? ਇਹ ਕਾਹਨੂੰ ਪੀ ਕੇ ਆਇਆ ਕਿਸੇ ਨਾਲ? ਨਾਲੇ ਜੇ ਅਸੀਂ ਦਾਰੂ ਨਹੀਂ ਪੀਵਾਂਗੇ ਤਾਂ ਠੇਕੇਦਾਰਾਂ ਦੇ ਘਰ ਕਿੱਥੋਂ ਚੱਲਣਗੇ? ਨਾਲੇ ਐਡੇ ਐਡੀਆਂ ਫੈਕਟਰੀਆਂ ਨੇ ਦੇਖ, ਉੱਥੇ ਪੂਰਾ 250 ਬੰਦਾ, 250 ਉਹਨਾਂ ਨੂੰ ਤਨਖਾਹ ਕਿੱਥੋਂ ਮਿਲੂਗੀ ਜੇ ਅਸੀਂ ਦਾਰੂ ਨਹੀਂ ਪੀਵਾਂਗੇ? ਆਹੋ ਤੁਹਾਡੇ ਬਿਨਾਂ ਤਾਂ ਉਹਨਾਂ ਦੀ ਕੰਪਨੀ 'ਚ ਘਾਟਾ ਪੈ ਜਾਊਗਾ, ਜੇ ਨਾ ਪੀਓਗੇ ਇੱਕ ਦਿਨ ਜਾਨ ਨਿਕਲਦੀ ਹੈ। ਇਹ ਕਾਹਨੂੰ ਪੀਤੀਆ ਜਾਏਗਾ ਰੋਟੀ ਲੈ ਕੇ ਆ, ਨਾਲੇ ਸਬਜ਼ੀ ਨਾਲ ਰੋਟੀ ਲੈ ਗਿਆ, ਨਾਲੇ ਖੀਰਾ ਅਤੇ ਨਾਲੇ ਤਲੀ ਹੋਈ ਮਿਰਚ। ਹੁਣ ਨਾ ਤੈਨੂੰ ਚਕੰਦਰ ਦੀ ਪਲੇਟ ਲਾ ਦਾਂ, ਮੇਰੇ ਤੋਂ ਨਹੀਂ ਬਣਦੀ ਰੋਟੀ। ਰੋਟੀ ਇਹ ਤੂੰ ਲਿਆ ਦੇ, ਲਿਆ ਦੇ।
ਵੀ ਮੇਰੀ ਗੱਲ ਸੁਣ, ਮੇਰੇ ਤਾਂ ਨਾ ਸਿਰ 'ਚ ਸੱਚੀ ਬਾਹਲੀਆਂ ਚੀਸਾਂ ਪਈ ਜਾਂਦੇ ਨੇ, ਮਿੰਟ ਮਿੰਟ 'ਤੇ ਚੀਸ ਪੈਂਦੀ ਆ। ਮੈਨੂੰ ਤਾਂ ਨਾ ਐਂ ਲੱਗਦਾ, ਮੈਨੂੰ ਤਾਂ ਸਵੇਰੇ ਉਹ ਮੱਚਣੀ ਕੀ ਕਹਿੰਦੇ ਹੁੰਦੇ ਨੇ ਸਿਰ ਦਾ, ਉਹ ਕੀ ਕਹਿੰਦੇ ਹੁੰਦੇ ਨੇ, ਉਹ ਕਰਾਉਣਾ ਪਊਗਾ, ਉਹ ਅਲਟਰਾਸਾਊਂਡ ਕੀ ਕਹਿੰਦੇ ਹੁੰਦੇ, ਸਕੈਨ, ਉਹ ਕਰਾਉਣਾ ਪਊਗਾ ਮੈਨੂੰ। ਅੱਛਾ, ਉਹ ਸਕੈਨ ਕਰਾਉਣਾ ਪਊਗਾ? ਹੋਰ ਐਂ ਕਰ, ਜਿਹੜੀ ਫਿਰ ਮੈਂ ਕੱਢੀ ਹੈ ਉਹਦਾ ਘੁੱਟ ਪੈਗਲ ਵਾਲਾ, ਆਪੇ ਠੀਕ ਹੋ ਜਾਏਗੀ, ਆਪਣੀ ਰੋਟੀ ਨਹੀਂ ਪਊਗੀ। ਚੱਜ ਦੀ ਮੱਤ ਨਾ ਦੇਈ ਮੈਨੂੰ ਕੰਜਰਾ, ਕਹੀ ਆ ਮੱਤਾਂ ਦਿੰਦਾ, ਤੂੰ ਤੂੰ ਘੱਟ ਹੈ ਇੱਥੇ ਡੱਕਿਆ ਰਹਿਣਾ। ਤੂੰ ਰੋਟੀ ਪਕਾਉਂਦੀ ਨਹੀਂ? ਮੈਂ ਕਿਹੜਾ ਤੈਨੂੰ ਕਿਹਾ ਸੀ ਭਜਾ ਦੇ, ਆਪ ਨਿਕਲੀ ਹੈ। ਤੂੰ ਬਣਾ ਦੇ ਰੋਟੀ, ਮੈਂ ਦਿੰਦੀ ਆ ਪਤਾ। ਮੈਂ ਤਾਂ ਕਹਿੰਦੀ ਅੱਜ ਤਾਂ ਤੇਰੀ ਮਾਂ ਵੀ ਨਹੀਂ ਆ ਗਈ ਜਿਹੜੀ ਤੈਨੂੰ ਖਾਂਦਾ ਨੀ ਨਾਲੇ, ਹੋਰ ਰੋਟੀ ਬਣਾ ਦੀ ਨਾਲੇ, ਦੋ ਮੇਰੇ ਵਾਸਤੇ ਲਾ ਦੀ, ਮੇਰਾ ਵੀ ਸਿਰ ਫਟੀ ਜਾਂਦਾ ਭੁੱਖ ਲੱਗੇ ਮੈਨੂੰ ਵੀ। ਮਾਂ ਜੇ ਤੂੰ ਹੁੰਦੀ ਉਰੇ, ਆਹ ਦਿਨ ਨੀ ਦੇਖਣੇ ਪੈਂਦੇ ਤੇ ਕਿੱਥੇ ਵਗੇ। ਮਾਂ ਮਾਂ ਨੂੰ ਫੋਨ ਕਰਦਾ ਕਿੱਥੇ, ਸਾਡਾ ਆਰਡਰ ਤੋੜ ਗਈ ਮੇਰੇ। ਮਾਂ ਹੈਲੋ, ਮਾਂ ਆ ਜਾ, ਮੈਨੂੰ ਭੁੱਖ ਬਹੁਤ ਲੱਗ ਰਹੀ ਹੈ ਮਾਂ, ਮੈਨੂੰ ਰੋਟੀ ਨਹੀਂ ਮਿਲੀ, ਤੇਰੇ ਬਿਨਾਂ ਮੇਰਾ ਕੋਈ ਨਹੀਂ ਹੈਗਾ, ਉਰੇ ਆ ਜਾ ਮਾਂ। ਇਹ ਮਾਮੇ ਨੂੰ ਕਹਿ ਦੇ ਜਾਂ ਮੈਂ ਮਾਮੇ ਨਾਲ ਮੇਰੀ ਗੱਲ ਕਰਾ ਦੇ, ਕਹਿ ਦੇ ਆਪ ਤੇਰੀਆਂ ਪੇਟੀਆਂ ਨਵਾਰੀਆਂ ਚੱਕ ਕੇ ਲੈ ਜਾ ਉਰੋਂ, ਮੇਰਾ ਤਾਂ ਆਪ ਨਹੀਂ ਉਰੇ ਜੀ ਲੱਗਦਾ, ਮੈਂ ਤਾਂ ਮਾਮੇ ਕੋਲ ਰਹੂੰ ਹਾਂ। ਅਤੇ ਮਾਂ ਕਹਿ ਦੇ ਤੂੰ ਨਹੀਂ ਮੇਰੀ ਗੱਲ ਕਰਾ ਦੇ। ਮਾਂ ਵੀ ਫੋਨ ਕੱਟ ਗਈ, ਇਹ ਕਿਹੜੇ ਦਊਗੀ ਓਏ ਬੁੱਲ ਕੇ। ਬਸ ਬੋਲੇ, ਬਸ ਬਸ, ਹੋਰ ਨਾ ਪਾਈ ਪਾਣੀ, ਬਹੁਤ ਹੈ ਬਹੁਤ ਹੈ। ਹੈ ਭੰਮੀ, ਓਏ ਆਪਾਂ ਜਦੋਂ ਜੀਰੀ ਲਾਈ ਓਏ ਬਈਆਂ ਨੂੰ ਪਲਿਆ ਦਿਆ ਕਰਾਂਗੇ, ਓਏ ਦਾਰੂ ਕਹਿੰਦਾ ਕਰੇ ਵੀ ਜੀਰੀ ਸੰਘਣੀ ਲਾਓ ਭਾਈ, ਭੇਡੇ ਲਾਉਣੇ ਬਹੁਤ ਔਖੇ ਨੇ। ਅਸੀਂ ਨੇ ਇੱਕ ਵਾਰੀ ਜੀਰੀ ਲਵਾ ਲਈ ਬਈਆਂ ਤੋਂ, ਸਿੱਧੀ ਲਾ ਕੇ ਮਹਾਂ ਪੱਕਣੋਂ ਪੱਕ ਗਈ, ਅਸੀਂ ਭੇਡੇ ਲਾਈ ਗਏ ਵਿੱਚ। ਉਹ ਮੈਨੂੰ ਪਤਾ ਹੈ, ਸਾਰਾ ਪਤਾ ਮੈਂ ਹੀ ਕਰਦਾ ਹੁੰਦਾ ਇਸ ਸਾਲ। ਉਹ ਮੈਨੂੰ ਐਂ ਲੱਗਦਾ ਇੱਕ ਢੋਲ ਤਾਂ ਨਾ ਕੇ ਪੀਜੂਗਾ, ਢੋਲ ਨਾ ਕੇ ਪੀਜੂ, ਕਾਪਾ ਪੀ ਜਾਂਗੇ, ਗੱਭੀਏ ਪੀ ਜਾਣਗੇ, ਤਿੰਨ ਢੋਲ ਕੱਢਾਂਗੇ ਆਪਾਂ ਤਾਂ। ਚਲੋ ਉਹ ਤਾਂ ਠੀਕ ਹੈ, ਦੇਖ ਕਿਉਂ ਦੂਜਾ ਸਮਾਨ ਫੇਰ ਪਾ ਦਾਂਗੇ ਆਪਾਂ ਜਦੋਂ ਕੱਢਾਂਗੇ। ਲੈ ਫਿਰ ਧਰਦੇ ਪਰ ਅੰਦਰ ਆਉਣਾ। ਮੇਰੀ ਗੱਲ ਸੁਣਾ, ਇਹ ਤਾਂ ਆਪਾਂ ਦੂਜੇ ਲੋਟ ਕੱਢ ਦਾਂਗੇ, ਆਪਣੇ ਲਈ ਸਮਾਨ ਪਾ ਕੇ ਕੱਢ ਲਾਂਗੇ। ਚੱਲ ਠੀਕ ਹੈ ਫਿਰ। ਆਹ ਬੋਲੇ, ਉਹ ਤੇਰੇ ਲਈ ਕਿੱਧਰ ਨੂੰ ਆਉਂਦੀ ਆ ਉਹ ਤੁਰੀ? ਲੈ ਓਏ ਪਣੋ ਕਿੱਧਰ ਆਉਂਦੀ ਆ, ਉਹ ਨੱਕ ਦੀ ਸਿਹਤ ਨੂੰ ਖੁਰ ਵੜਦੀ, ਲੈ ਬਾਣੇ ਪੈਰੀ ਹੈ। ਲੈ ਉਹ ਮੈਂ ਕਹਿੰਦਾ ਤੀ ਜਾਣਦੇ ਜਾਣਦੇ ਇਹ ਮੇਰੇ ਤੋਂ ਸਰਵਿਸ ਕਰਾਊਗੀ, ਦੇਖ ਲੈ ਬੋਲੇ ਓਏ। ਲਓ ਮੈਂ ਇਹਨੂੰ ਉੱਧਰ ਰੋਕੂਗਾ, ਇਹਨੂੰ ਉੱਧਰ ਫਰਾਦੇ। ਸੁਣਨਾ ਤੇਰੇ ਲਈ ਤਾਂ ਅੰਮਾ ਕਰੇ ਅੰਮਾ ਕਰੇ ਫਰੀ ਜਾਂਦੀ ਹੈ, ਮੇਰੇ ਲਈ ਨਹੀਂ ਹੈਗੀ ਇਹੀ ਜੂੰ, ਬੋਲ ਪੜਾ ਕੇ ਤਾਂ ਜ਼ਰੂਰ ਹੈ ਅੰਮਾ ਕਰਨੀ ਆਉਂਦੀ ਹੈਗੀ ਉਹ। ਕਿੱਧਰ
ਹੌਲ ਪਾਤਾ ਸੀ ਨਾ ਤੂੰ ਇੱਥੇ ਇਹਦੇ ਪਿੱਛੇ ਕੀ ਕਰਦਾ ਹੈ ਤੂੰ ਪਣੋ ਜਾਣਦੇ ਜਾਣਦੇ ਲੈ ਸਵੇਰੇ ਸਵੇਰੇ ਉਰੇ ਵੱਜੀ ਖੇਤ ਤੇਰਾ ਕੀ ਕੰਮ ਹੈ ਉਰੇ ਚਿਬੜ ਲੱਗਿਆ ਤੂੰ ਪਹਿਲਾਂ ਰਾਤ ਨੂੰ ਇਹ ਉਦੋਂ ਨਹੀਂ ਰੋਟੀ ਪਕਾ ਕੇ ਦਿੰਦੀ ਮੈਂ ਤੇਰੇ ਮੂੰਹ ਕਣੀ ਝਾਂਕੀ ਜਾਂਦਾ ਵੀ ਹੁਣ ਵੀ ਰੋਟੀ ਲੈ ਕੇ ਆਈ ਓਏ ਹੁਣ ਵੀ ਰੋਟੀ ਲੈ ਕੇ ਆਈ ਬੋਲਿਆ ਹੋਰ ਫਿਰ ਨਾ ਰੋਟੀ ਤੈਨੂੰ ਹੁਣ ਗਵਾਂਢਣ ਖਵਾਉਂਦੀ ਹੈ ਫਿਰ ਪੜੋ ਹੁਣ ਦੱਸ ਦੇ ਉਰੇ ਕੀ ਲੈਣਾ ਹੀ ਹੈ ਕੀ ਲੈਣਾ ਹੀ ਹੈ ਮੈਂ ਤਾਂ ਝੰਡਾ ਚੜਾਉਣ ਆਈ ਸੀ ਝੰਡਾ ਹਾਂ ਆ ਦੇ ਲੈ ਓਏ ਲੈ ਓਏ ਲੋਕਾਂ ਦੀਆਂ ਜਨਾਨੀਆਂ ਖੇਤ ਚੌਲ ਕਰਕੇ ਮਿੱਠੇ ਬੂਰ ਤੇ ਮੱਥਾ ਟੇਕਣ ਆਉਂਦੀਆਂ ਨੇ ਓਏ ਆਲਾ ਪੜੋ ਝੰਡੀ ਕੱਢਣਾ ਕੀ ਇਹਦਾ ਕੀ ਕਰੇਗੀ ਬੈਰਨ ਪਹਿਲਾਂ ਸੁਣ ਤਾਲਾ ਉਹੀ ਗੱਲ ਪੈਣ ਲੱਗ ਗਿਆ ਮੇਰੀ ਗੱਲ ਸੁਣ ਦੇਖੀ ਆਹ ਆਮ ਆਦਮੀ ਸਰਕਾਰ ਦਾ ਉਹਦਾ ਆਪਣੇ ਦਾ ਆਪਣੇ ਭਗਵੰਤ ਮਾਨ ਦਾ ਇਹ ਉਹਦਾ ਪਤਾ ਮੈਨੂੰ ਭਗਤ ਮਾਨ ਦਾ ਝੰਡਾ ਫਿਰ ਮੈਂ ਇਹਦਾ ਕੀ ਕਰਾਂ ਦੱਸ ਕੀ ਕਰਾਂ ਤੇ ਮੈਂ ਤਾਂ ਐਂ ਕਹਿੰਦੀ ਸੀ ਆਪਾਂ ਘੁੱਪ ਬਣਾਇਆ ਮੈਂ ਕਿਹਾ ਭਗਤ ਮਾਨ ਦਾ ਚੰਗਾ ਝੰਡਾ ਉੱਥੇ ਤਾਂ ਹਾਂ ਉੱਚਾ ਜਿਹਾ ਚੜਾ ਦੇ ਲੈ ਓਏ ਉਹਦੇ ਉੱਤੇ ਟੰਗਿਆ ਲੈ ਐ ਕੀ ਮੈਂ ਚੂਹਾ ਵੀ ਮੈਂ ਇਹਦੇ ਉੱਤੇ ਐ ਕਰਕੇ ਚੜ ਜੂੰਗਾ ਜਦੋਂ ਇਹਦੇ ਉੱਤੇ ਚੜੂੰਗਾ ਆਪਾਂ ਨੂੰ ਰੱਸੀਆਂ ਟੁੱਟ ਜਾਣੀਆਂ ਸਾਰਾ ਕੁੱਪ ਖਿੰਡ ਜੂਗਾ ਕਿਧਰ ਨਹੀਂ ਤੇਰਾ ਭਗਤ ਮਾਨ ਨੂੰ ਰੇ ਕੁੱਪ ਮੰਨ ਕੇ ਜਾਂਦਾ ਵੋਟ ਪਾਣੀਆਂ ਪਾ ਦੀ ਮੇਰੀ ਗੱਲ ਸੁਣ ਲੈ ਉਹਨੂੰ ਵੱਧ ਘੱਟ ਨਾ ਬੋਲ ਦੇਖ ਲੈ ਅੱਗੇ ਤੂੰ ਸਾਰੀ ਸਾਰੀ ਰਾਤ ਕਿੰਨਾ ਨੇਰ ਚ ਐਂ ਡਰ ਲੱਗਿਆ ਰਹਿੰਦਾ ਸੀ ਹੁਣ ਪੈਰ ਸੱਪ ਤੇ ਧਰਿਆ ਹੁਣ ਧਰਿਆ ਜਦੋਂ ਕਿਤੇ ਫਸਲ ਫੁਸਲ ਰਮਾਉਣੀ ਹੁੰਦੀ ਸੀ ਸਾਰੀ ਰਾਤ ਬਿਲਕੀ ਜਾਂਦਾ ਲੈਟ ਕਦੇ ਆਉਂਦੀ ਕਦੇ ਵਗ ਜਾਂਦੀ ਹੈਂ ਹੁਣ ਤੈਨੂੰ ਵਧੀਆ ਮੌਜ ਲੱਗੀ ਵੀ ਸੀ ਟਾਈਮ ਨਾਲ ਆ ਕੇ ਰੋਟੀਆਂ ਖਾਂਦਾ ਹੈ ਟਾਈਮ ਨਾਲ ਘਰੇ ਆ ਕੇ ਸੌਂਦਾ ਤੂੰ ਦੱਸ ਤੂੰ ਕਾਹਤੋਂ ਮਾੜਾ ਕਹਿੰਦਾ ਉਹਨੂੰ ਪਰ ਇਹ ਤਾਂ ਆਪਣੋ ਤੇਰੀ ਗੱਲ ਸਿਆਣੀ ਹੈ ਫਿਰ ਇਹਦੇ ਉੱਤੇ ਮੈਂ ਕਿਵੇਂ ਚੜ ਜੂੰਗਾ ਕਿਵੇਂ ਚੜ ਜੂੰਗਾ ਮੇਰੀ ਗੱਲ ਸੁਣ ਜੇ ਲਾਣਾ ਹੈ ਝੰਡਾ ਨਾ ਕੋਠੇ ਤੇ ਨਾ ਲਾ ਕੇ ਜਾ ਮੈਂ ਲਾ ਦੂੰਗਾ ਸੱਚੋ ਨਾ ਮੈਂ ਲਾ ਦੂੰਗਾ ਲੈ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਇਹ ਜਿਹੜੀ ਉੱਤੇ ਪੌੜੀਆਂ ਨੇ ਕੋਠੇ ਤੇ ਚੜਨ ਵਾਲੀਆਂ ਉਹਦੀਆਂ ਤਿੰਨ ਇੱਟਾਂ ਖਿਸਕਰੀਆਂ ਨੇ ਜੇ ਉਹਦੇ ਉੱਤੇ ਚੜਨ ਲੱਗ ਗਈ ਪੌੜੀ ਜਾਊ ਨਿਕਲ ਤੇਰਾ ਟੂਹਾ ਟੁੱਟ ਜੂਆ ਫੇਰ ਕਹਿੰਦੇ ਭੋਲਾ ਕੰਮ ਨੀ ਕਰਦਾ ਹੋਰ ਭੋਲਾ ਕਿਹੜੇ ਖੂਹ ਚ ਗਿਰੇ ਓਏ ਕਿਹੜੇ ਖੂਹ ਚ ਗਿਰੇ ਵਗ ਜਾ ਪੜੋ ਵਗ ਜਾ ਕਿਉਂ ਮੇਰੀਆਂ ਬੇਇੱਜ਼ਤੀਆਂ ਕਰਦੀਆਂ ਲੈ ਕਹਿੰਦਾ ਖੇਤ ਫਿਰਦੀ ਆ ਦੱਸ ਕੀ ਉਰੇ ਚੇਪੜ ਲੱਗ ਰਹੇ ਨੇ ਗੱਲ ਨਾ ਬਾਤ ਆਪੇ ਚੜਾ ਦੂੰਗਾ ਰੇ ਝੰਡਾ ਮੈਂ ਝੰਡਾ ਚੜਾ ਦੇ ਝੰਡਾ ਚੜਾ ਦੀ ਆਹੋ ਬਾਲੀ ਜਾ ਕੇ ਨਾ ਦੇਖ ਕੇ ਆਵਾਂ ਮੈਂ ਚੱਲ ਕਾਹਨੂੰ ਫਿਰ ਚੰਦਰਾ ਕਹੂਗਾ ਵੀ ਮੇਰੇ ਤੇ ਵਿਸ਼ਵਾਸ ਨੀ ਕਰਦੀ ਛੱਡ ਪਰੇ ਮੇਰੀ ਗੱਲ ਸੁਣ ਹਾਂ ਪੰਮੀ ਨਾਲ ਨਾ ਰਲੀ ਆਹੋ ਝੰਡਾ ਚੜਾ ਦੀ 20 ਲੱਖ ਰੁਪਇਆ ਲਾਤਾ ਪੰਮੀ ਨਾਲ ਰਲ ਕੇ ਹਲੇ ਕਹਿੰਦੀ ਪੰਮੀ ਨਾਲ ਨਾ ਰਲੀ ਐਡਾ ਕੀ ਮੈਂ ਦਾਰਾ ਪਹਿਲਵਾਨ ਆ ਵੀ ਸਾਰਾ ਕੰਮ ਕੱਲੀ ਕਰ ਲੂੰਗਾ ਦੇਖ ਲੈ ਗੁਰਦੇਵ ਭੋਲਾ ਵਧੀਆ ਖੇਤੀ ਕਰਿਆ ਕਰਦਾ ਜੀ ਪਹਿਲਾਂ ਵਧੀਆ ਉਹ ਪੰਮੀ ਨਾਲ ਸਾਂਝੀ ਲਈ 40 ਕਿੱਲੇ ਹੈਂ ਉਹਨੇ ਇਹੋ ਜਿਹਾ ਲਾਇਆ ਸ਼ਰਾਬ ਅਤੇ ਉੱਥੇ ਸ਼ਰਾਬ ਕੱਢ ਕੱਢ ਕੇ ਪੀ ਗਏ ਔਰ 40 ਕਿੱਲਿਆਂ ਵਿੱਚੋਂ ਇੱਕ ਟਰਾਲੀ ਭਰੀ ਹੈ ਮਾੜਾ ਸੰਘ ਮਾਰ ਦਿੰਦਾ ਬਈ ਹੋਰ ਮਾੜੇ ਸੰਘ ਨੇ ਖਤਮ ਕਰਤਾ ਭੋਲਾ ਮਾੜਾ ਤਾਂ ਮਾੜਾ ਹੀ ਹੁੰਦਾ ਹੁਣ ਸਿਰ ਸਿੱਟੀ ਬੈਠਾ ਜੀ ਹੁਣ ਦੱਸ ਕੀ ਬਣਦਾ ਰੋਇਆ ਉਹ ਕੀ ਬਣਨਾ ਭਾਈ ਮੈਂ ਤਾਂ ਇਹਨੂੰ ਬਹੁਤ ਸਮਝਾਇਆ ਸੀ ਮੇਰੀ ਨੇ ਇੱਕ ਨਹੀਂ ਮੰਨੀ ਦੇਖ ਬਾਪੂ ਜੀ ਤੁਹਾਡਾ ਤਾਂ ਚੱਲ ਫੇਰ ਵੀ ਐਂ ਹੋ ਜਾਂਦਾ ਵੀ ਚੱਲ ਮਾਂ ਪਿਓ ਨੇ ਝਿੜਕਣਾ ਹੁੰਦਾ
ਹੁਣ ਮੈਂ ਤਾਂ ਇਹਦੇ ਨਾਲ 24 ਘੰਟੇ ਦੀ ਪੂਛੰਗ ਪਿੱਛੇ ਰਹਿੰਦੀ ਹਾਂ। ਮੈਂ ਬਥੇਰਾ ਕਿਹਾ ਸੀ ਵੀ ਉਹ ਬੰਦੇ ਦੇ ਮਗਰ ਨਾ ਲੱਗ। ਨਾ ਭਾਈ, ਮਾੜਾ ਸੰਗ ਮਾੜਾ ਹੀ ਹੁੰਦਾ। ਇਹਨੇ ਮੰਨੀ ਮੇਰੀ, ਜਮਾ ਹੀ ਨਹੀਂ ਮੰਨੀ ਬਾਪੂ ਜੀ। ਉਹ ਭਾਈ ਤੇਰੀ ਨਹੀਂ ਮੰਨੀ, ਮੇਰੀ ਕਿਹੜਾ ਮੰਨੀ। ਬਹੁਤ ਸਮਝਾਇਆ ਸੀ ਵੀ ਤੂੰ ਆਖੇ ਲੱਗ ਜਾ, ਨਾ ਇਹ ਪੰਗਿਆਂ 'ਚ ਪਾ, ਨਾ ਇਹ। ਦੇਖ, ਪਹਿਲੀ ਗੱਲ ਤਾਂ ਜ਼ਮੀਨ ਲੈਣ ਦੇ ਆਪਾਂ ਯੋਗ ਨਹੀਂ ਸੀ। 80,000 ਨੂੰ ਕਿੱਲਾ ਤਾਂ ਉਹ ਦਵਾਇਆ, 40 ਕਿੱਲੇ ਲੈ ਕੇ ਬਹਿ ਗਿਆ। ਫਿਰ 40 ਕਿੱਲੇ ਲੈ ਤਾਂ ਲਏ ਖਸਮਾਂ, ਵਿਆਜ ਪੜਿਆਜ 'ਤੇ ਚੱਕ ਕੇ ਉਹਨਾਂ 'ਚ ਕਮਾਈ ਤਾਂ ਕਰ ਲੈ। ਫਿਰ ਤੂੰ ਉਹਦੇ ਵਿੱਚ ਕੰਮ ਕੋਈ ਨਹੀਂ ਕੀਤਾ, ਉੱਥੇ ਰਗੜ ਕੇ ਰੱਖ ਦੇ। ਕਰਿਆ ਤਾਂ ਹੈ, ਕਮਾਲ ਹੋ ਗਈ ਤੁਹਾਡੀ ਦਾਰੂ। ਖੇਤ ਜਦੋਂ ਚਿੜੀਆਂ ਨੇ ਚੋਗ ਹੀ ਚੁਗ ਲਿਆ, ਖੇਤ ਹੀ ਚੁਗ ਲਿਆ, ਫਿਰ ਕੀ ਰਹਿ ਗਿਆ ਪੱਲੇ। ਜੱਸ ਨੇ ਵੀ ਬਾਪੂ ਮੈਨੂੰ ਬਹੁਤ ਸਮਝਾਇਆ, ਮੈਂ ਤੁਹਾਡਾ ਗੁਨਾਹਗਾਰ ਹੈ। ਜਿਹੜੇ ਦੀ ਤੂੰ ਪੱਟੀ ਮੇਸ ਕਰਕੇ ਰੱਖਤੀ। ਮੇਰੀ ਗੱਲ ਸੁਣ ਜੀ, ਬਾਪੂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ। ਹਥਾਈ ਦਰਵਾਜੇ ਕਿਤੇ ਵੀ ਜਾਂਦੇ ਆ, ਹਰੇਕ ਤਾਂ ਛੋਟੀਆਂ ਹੀ ਗੱਲਾਂ ਹੁੰਦੀਆਂ, ਇਹਨਾਂ ਦੀਆਂ ਹੀ ਹੁੰਦੀਆਂ ਦੋਨਾਂ ਦੀਆਂ। ਵੀ ਉਹ ਪੰਮੀ ਤੇ ਤੇਰੇ ਵਾਲਾ ਭੋਲਾ, ਉਹ ਦੋਨੇ ਫਲਾਣੇ ਥਾਂ ਐਂ ਡਿੱਗੇ ਪਏ ਸੀ। ਫਲਾਣੇ ਥਾਂ ਦਾਰੂ ਪੀ ਜਾਂਦੇ ਸੀ, ਉੱਥੇ ਫਲਾਣਿਆਂ ਨੂੰ ਦਿੱਤੀ ਦਾਰੂ, ਉੱਥੇ ਫਲਾਣਿਆਂ ਤੋਂ ਲੈ ਲਈ ਦਾਰੂ। ਆਹਾ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ। ਪਿੱਠ ਪਿੱਛੇ ਜਦੋਂ ਬਾਪੂ ਲੰਘਦਾ, ਅਗਲਾ ਐਂ ਤਾੜੀ ਮਾਰ ਕੇ ਹੱਸਦਾ ਵੀ ਲੈ ਕੇਰਾਂ ਹੀ ਲਏ ਸੀ ਇਹਨਾਂ ਨੇ, ਹੈ ਮੈਂ ਬਹੁਤ ਕਿਹਾ ਸੀ ਇੱਕ ਨਹੀਂ ਗੱਲ, ਮੈਂ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਬਾਪੂ। ਜਿਵੇਂ ਕਹਿੰਦੇ ਨੇ, ਜਿਹੋ ਜਿਹਾ ਬੰਦਾ ਹੁੰਦਾ, ਜਿਹੋ ਜਿਹੇ ਬੰਦੇ ਨਾਲ ਰਹਿ, ਉਹੋ ਜਿਹਾ ਰੰਗ ਚੜ੍ਹਦਾ ਬਾਪੂ, ਉਹੋ ਜਿਹਾ ਰੰਗ ਚੜ੍ਹਦਾ। ਤੇ ਫਿਰ ਮੈਨੂੰ ਲੱਗ ਗਿਆ ਅੱਜ ਪਤਾ ਬਾਪੂ, ਲੱਗ ਗਿਆ ਪਤਾ, ਪਤਾ ਲੱਗ ਗਿਆ ਬਾਪੂ। ਆਪਾਂ ਨੂੰ 20 ਲੱਖ ਦਾ ਘਾਟਾ ਪੈ ਗਿਆ ਬਾਪੂ, 20 ਲੱਖ ਦਾ। ਆਹੋ ਫਿਰ ਕਿਵੇਂ ਪੂਰਾ ਕਰਾਂਗੇ ਬਾਪੂ, ਕਿਵੇਂ ਪੂਰਾ ਕਰਾਂਗੇ। ਗੱਲ ਸੁਣ ਜੀ ਮੇਰੀ। ਉਹ ਹੁਣ ਨਾ ਰੋ, ਕੋਈ ਨੀ, ਹੁਣ ਤੂੰ ਦਿਲ ਰੱਖ, ਹੁਣ ਤੂੰ ਹਾਂ ਨਾ ਕਰ। ਆਪਾਂ ਨਾ ਔਖੇ ਸੌਖੇ ਹੋ ਕੇ ਹੁਣ ਤਾਂ ਇਹਦਾ ਹੱਲ ਕਰਾਂਗੇ। ਮੇਰੀ ਗੱਲ ਸੁਣ, ਅਸੀਂ ਹੱਲ ਤਾਂ ਕਰਾਂਗੇ ਮੈਂ ਤੇ ਬਾਪੂ ਤਾਂ ਰਲ ਕੇ, ਜੇ ਤੂੰ ਹੁਣ ਉਹਦੇ ਘਰ ਵੱਲੀ ਝਾਕਦਾ ਨੀ। ਇਹ ਗੱਲ ਮੰਨਦਾ ਵੀ ਮੈਂ ਪੰਮੀ ਦਾ ਖਹਿੜਾ ਛੱਡ ਦੂੰ? ਨਾ ਬਾਪੂ, ਮੈਂ ਸੌ ਖਾਨਾ ਜਸ ਤੈਨੂੰ ਮੈਂ ਵਿਸ਼ਵਾਸ ਦਵਾਉਣਾ, ਮੈਂ ਅੱਜ ਤੋਂ ਬਾਅਦ ਪੰਮੀ ਨਾਲ ਕਦੇ ਵੀ ਗੱਲ ਨਹੀਂ ਕਰੂੰਗਾ। ਉਹਨੇ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਬਾਪੂ, ਬਰਬਾਦ ਕਰਕੇ ਰੱਖਤੀ ਬਾਪੂ ਜੀ। ਹੁਣ ਤੁਸੀਂ ਗਵਾਹ ਹੋ ਇਸ ਗੱਲ ਦੇ। ਨਹੀਂ, ਮੈਂ ਤਾਂ ਜੀ ਆਪਦਾ ਚੱਕ ਕੇ ਜੁੱਲੀ ਬਿਸਤਰਾ ਪੇਕੇ ਬਚੂੰਗੀ। ਉਹ ਨਾ ਭਾਈ, ਜੇ ਤੂੰ ਵੀ ਪੇਕੇ ਚਲੀ ਗਈ ਤਾਂ ਇਸ ਘਰ ਵਿੱਚ ਰਹਿ ਕੀ ਜਾਊਗਾ? ਇਹਦਾ ਕੀ ਪਤਾ ਹਜੇ ਸੁਧਰੂ ਕਿ ਨਾ ਸੁਧਰੂ। ਪਰ ਕੋਈ ਨੀ, ਤੂੰ ਫਿਕਰ ਨਾ ਕਰ ਭਾਈ, ਜਦੋਂ ਮੈਂ ਹੈਗਾ ਘਰੇ ਤੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰ ਇਹ ਲਫੰਗੇ ਨੂੰ ਤਾਂ ਸਿੱਧਾ ਕਰਕੇ ਹਟਾਂਗੇ ਆਪਾਂ ਦੋਨੇ ਜਾਣੇ। ਬਾਪੂ ਜੀ, ਮੈਂ ਤਾਂ ਇਹ ਕਹਿੰਦੀ ਹਾਂ ਵੀ ਉਹ ਨਾ ਕਿਤੇ ਦਿਮਾਗ 'ਤੇ ਬੋਝ ਪਾਲੇ। ਆ ਜਿਹੜੇ ਮੇਰੇ ਕੋਲ ਦੋ ਗਹਿਣੇ ਨੇ, ਆ ਵੇਚ ਕੇ ਜਿੰਨਾ ਕੁ ਹੱਲ ਹੁੰਦਾ ਉਹਨਾਂ ਦਾ ਕਰ ਗਏ ਆਪਾਂ। ਦੇਖ ਲੈ, ਉਹ ਵੀ ਹੁਣ ਵੇਚਣੇ ਪੈਣਗੇ, ਵਿਆਜ ਬੂਝ ਤਾਂ ਦੇਣੇ ਪਊ ਭਾਈ, ਐਂ ਹੁਣ ਅਗਲੇ ਨੂੰ ਕੇਰਾਂ ਤਾਂ ਖੜਾਉਣੇ ਪਊ। ਦੇਖੋ ਜੋ ਵੀ ਹੈਗਾ। ਬਾਪੂ, ਮੇਰੀ ਇਹ ਆਖਰੀ ਗਲਤੀ ਦੀ ਹੈ, ਇਸ ਤੋਂ ਬਾਅਦ ਮੈਂ ਜ਼ਿੰਦਗੀ 'ਚ ਕਦੇ ਗਲਤੀ ਨਹੀਂ ਕਰਦਾ, ਕਦੇ ਗਲਤੀ ਨਹੀਂ ਕਰਦਾ। ਚੱਲ ਸ਼ੁਕਰ ਹੈ ਜੇ ਤੂੰ ਸਮਝ ਗਿਆ, ਤਾਂ ਮੈਨੂੰ ਲੱਗਦਾ ਵੀ ਸਾਰੀ ਦੁਨੀਆ ਸਮਝ ਗਈ ਜੇ ਮੇਰਾ ਭੋਲਾ ਪੁੱਤ ਸੁਧਰ ਗਿਆ। ਕੋਈ ਨਹੀਂ, ਇਹ ਤਾਂ ਵਿਆਜ ਪੜਿਆਜ ਲੱਗ ਕੇ ਲਾ ਦਿਆਂਗੇ, ਹੁਣ ਇਹਦੀ ਵੀ ਟੈਨਸ਼ਨ ਨਾ ਲੈ। ਪਰ ਪੰਮੀ ਦਾ ਸਾਥ ਨਾ ਕਰੀ।
ਮੈਂ ਪੂਰੀ ਜ਼ਿੰਦਗੀ ਨਹੀਂ ਕਰਦਾ ਬਾਪੂ, ਮੈਂ ਕਹਿਣ ਲੱਗਾ ਮੇਰੀ ਇਹ ਆਖਰੀ ਤੇ ਲਾਸਟ ਗਲਤੀ ਦੀ ਲਾਸਟ ਗਲਤੀ ਦੀ। ਚੱਲ ਚੰਗਾ, ਮੈਨੂੰ ਨਹੀਂ ਪਤਾ ਨਹੀਂ ਮੇਰੇ ਨਾਲ ਐ ਬਣ ਜੂਗੀ। ਕੋਈ ਨਹੀਂ ਪੁੱਤ, ਤੂੰ ਵੀ ਨਾ ਹੁਣ ਪੇਕੇ ਭੁੱਕੇ ਦਾ ਨਾਂ ਲਈ ਜਾਣਦਾ, ਜਿੱਥੇ ਇੰਨਾ ਚਿਰ ਕੱਟ ਗਈ ਹੁਣ ਹੋਰ ਸਹੀ। ਚੱਲ ਜਸ, ਮੈਨੂੰ ਰੋਟੀ ਲੈ ਕੇ ਦੇ। ਹਾਂ ਫੜਾ ਦੇ ਰੋਟੀ ਨੂੰ। ਬਣਾ ਕੇ ਦਿੰਨੀ ਆ ਬਾਪੂ ਜੀ, ਤੁਸੀਂ ਵੀ ਰੋਟੀ ਖਾ ਕੇ ਵਗ ਜਿਓ ਬਾਹਰ। ਕੋਈ ਨਹੀਂ, ਚੱਲ ਮੈਂ ਬਣਾਉਣੀ ਹੈ ਜੀ, ਤੁਸੀਂ ਹੁਣ ਰੋਈ ਨਾ ਜਾਇਓ। ਪੈ ਜਾ ਢੂਹੀ ਸਿੱਧੀ ਕਰ ਲਓ ਥੋੜਾ ਚਿਰ, ਸਾਰੀ ਰਾਤ ਦੇ ਹਾਂ ਕਰੀ ਜਾਂਦੇ ਹੋ।